मेरा बेटा सी जी आकाश। सानू नहीं जी पता किसी भी चीज बारे, सानू तो इन्ना पता सी भी गड्डी चलांदा है किसी दी, ते कदी 200 ले आंदा है कदी 300 ले आंदा हीगा, जे हफ्ते च कोई गेड़ा मिल जांदा ही ते किते 200-300 ले आंदा ही, ते नहीं तो घरे बैठा रहिंदा सी आराम नाल। ते असी तो आप घरां च कम करदी, मैनूं 12-13-14 साल हो चले आ, मेरे घर वाले नूं भी मैनूं भी, ते असी तो आपदा मसा गुजारा ही चलांदे सीगे, साडे घर दा गुजारा ही चलदा, साडे घर दी हालत वेख लवे कोई आ के ਵੀ ਸਾਡਾ ਜੇ ਕੋਈ ਇੱਥੇ ਐਵੇਂ ਦਾ ਕੋਈ ਕੰਮ ਕਰਦੇ ਹੁੰਦੇ ਤਾਂ ਅਸੀਂ ਵੀ ਆਪਦਾ ਕੋਈ ਬਣਾ ਕੇ ਬੈਠੇ ਹੁੰਦੇ। ਸਾਨੂੰ ਕੀ ਲੱਗਣਾ ਸੀ, ਤੇ ਮੈਂ ਤਾਂ ਰਸੋਈ 'ਚ ਚਾਹ ਬਣਾਈ ਜਾਂਦੀ ਸੀ, ਤੇ ਮੇਰਾ ਬੇਟਾ ਉੱਠ ਕੇ ਤੇ ਮੈਨੂੰ ਕਹਿੰਦਾ ਮੰਮੀ ਚਾਹ ਬਣਾ ਦੇ, ਸੁੱਤਾ ਪਿਆ ਸੀਗਾ, ਚਾਹ ਬਣਾਈ ਜਾਂਦੀ ਸੀ ਤੇ ਚਾਹ ਪੀ ਲੈ ਕੇ ਗਲਾਸ ਦੇ ਵਿੱਚ ਤੇ ਬਾਹਰ ਚਲਾ ਗਿਆ, ਉੱਧਰ ਆਪਦੇ ਤਾਊ ਕੇ ਘਰੇ ਚਲਾ ਗਿਆ ਚਾਹ ਪੀਂਦਾ ਪੀਂਦਾ। ਤੇ ਬਸ ਉਦੋਂ 20-25 ਜਣੇ ਆਏ ਸਾਡੇ ਘਰੇ, ਰੇਟ ਪਾਈ ਉਹਨਾਂ ਨੇ ਆ ਕੇ, ਇੱਕ ਇੱਕ ਚੀਜ਼ ਦੀ ਅਸੀਂ ਤਲਾਸੀ ਕਰਵਾ ਦਿੱਤੀ ਘਰ ਦੀ, ਮੈਂ ਆਪ ਸਾਰਾ ਕੁਝ ਖੋਲ ਖੋਲ ਕੇ ਤਲਾਸੀ ਕਰਾ ਦਿੱਤੀ ਵੀ ਸਾਨੂੰ ਭਾਈ ਛੱਕ ਤੁਸੀਂ ਸਾਰਾ ਕੁਝ ਚੈੱਕ ਕਰ ਲਓ, ਇੱਕ ਵੀ ਚੀਜ਼ ਮੇਰੇ ਘਰ 'ਚ ਕੋਈ ਇਹੋ ਜਿਹੀ ਗੈਰ ਕਾਨੂੰਨੀ ਚੀਜ਼ ਬਰਾਮਦ ਨਹੀਂ ਹੋਏਗੀ। ਤੇ ਮੈਂ ਇਹੀ ਸਰਕਾਰ ਤੋਂ ਮੰਗ ਕਰਦੀ ਵੀ ਮੇਰੇ ਬੇਟੇ ਨਾਲ ਇਨਸਾਫ ਕੀਤਾ ਜਾਵੇ, ਸਾਡੇ ਨਾਲ ਵੀ। ਮੇਰਾ ਨਾਮ ਵਿਜੇ ਕੁਮਾਰ ਹੈ ਜੀ, ਆਕਾਸ਼ ਮੇਰਾ ਬੇਟਾ ਜੀ, ਇੱਕੋ ਮੇਰਾ ਬੇਟਾ। ਪੁਲਿਸ ਨੇ ਇਸ ਤਰ੍ਹਾਂ ਘਰੋਂ ਚੱਕਿਆ, ਅਸੀਂ ਚਾਹ ਇਹਨਾਂ ਦੀ ਮੰਮੀ ਚਾਹ ਬਣਾ ਰਹੀ ਸੀ, ਮੈਂ ਆਪਣਾ ਕੋਈ ਦਵਾਈ ਲੈਣ ਗਿਆ ਸੀ ਸਿਵਲ ਹਸਪਤਾਲ, ਮੈਂ ਦਵਾਈ ਲੈਣ ਗਿਆ ਹੋਇਆ ਸੀ, 8 ਵਜੇ ਨਿਕਲਿਆ ਮੈਂ ਘਰੋਂ, ਅਤੇ ਮੈਨੂੰ ਉੱਥੇ ਡਾਕਟਰ ਨਹੀਂ ਛੇਤੀ ਮਿਲਿਆ, ਮੈਂ ਉੱਥੇ ਬੈਠਾ ਰਿਹਾ, ਅਤੇ ਮੈਨੂੰ ਜੋ ਆ ਕੇ ਘਰੇ ਮੈਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਪੁਲਿਸ ਸਾਰਾ ਦਿਨ ਇੱਥੇ ਬੈਠੀ ਰਹੀ, ਮੁੰਡੇ ਨੇ ਚਾਹ ਫੜੀ, ਉਹਦੇ ਤਾਊ ਘਰੇ ਚਾਹ ਪੀਂਦਾ ਪਿਆ ਸੀ, ਅਤੇ ਚਾਹ ਪੀਂਦੇ ਨੂੰ ਫੜ ਕੇ ਲੈ ਗਏ ਨੇ ਸਾਡੇ ਘਰੇ, ਸਾਰੇ 3-4 ਘਰਾਂ ਤਲਾਸੀਆਂ ਕੀਤੀਆਂ ਗਈਆਂ, ਕੋਈ ਚੀਜ਼ ਨਹੀਂ, ਸਾਰੇ ਬਰਾਮਦ ਹੋਈ ਉਹਨਾਂ ਨੂੰ। ਫਿਰ ਉਹਨਾਂ ਬਿਆਨ ਵੀ ਲਿਖ ਕੇ ਦੇ ਕੇ ਵੀ ਅਸੀਂ ਸ਼ੱਕ ਦੇ ਤੌਰ 'ਤੇ ਰੇਟ ਪਾਏ ਸੀ, ਸਾਨੂੰ ਕੁਛ ਮਿਲਿਆ ਨਹੀਂ ਹੈ, ਅਤੇ ਇਸ ਕਰਕੇ ਅਸੀਂ ਵੀ ਤੁਹਾਡੇ ਬਿਆਨ ਲੈ ਕੇ ਜਾ ਰਹੇ ਹਾਂ, ਉਹਨਾਂ ਲਿਖ ਕੇ ਲੈ ਗਏ ਨੇ। ਬਾਕੀ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਮੇਰੇ ਬੇਟੇ, ਇੱਕੋ ਇੱਕ ਮੇਰਾ ਬੇਟਾ ਉਹ ਗੱਡੀ ਚਲਾਉਂਦਾ ਸੀ, ਹੁਣ ਗੱਡੀ ਦੇ ਵਿੱਚ ਕੀ ਕਰਦੇ ਦੂਸਰੇ ਬੰਦੇ, ਉਹ ਤਾਂ ਆਪਦਾ ਗੇੜਾ ਲਾ ਕੇ ਘਰੇ ਆ ਜਾਂਦਾ ਸੀ, ਦੂਸਰੇ ਬੰਦੇ ਕੀ ਕਰਦੇ ਉਹ ਗੱਡੀ ਨਾਲ, ਸਾਨੂੰ ਨਹੀਂ ਪਤਾ ਨਾ ਮੁੰਡੇ ਨੂੰ ਪਤਾ, 10-10 ਘਰੇ ਬੈਠਾ ਰਹਿੰਦਾ ਸੀ, ਗੇੜਾ ਕੋਈ ਮਿਲਦਾ ਸੀ ਤਾਂ ਲਾ ਆਉਂਦਾ ਸੀ, ਨਹੀਂ ਤਾਂ ਘਰੇ ਬੈਠਾ ਰਹਿੰਦਾ ਹੁੰਦਾ ਸੀ। ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਮੇਰੇ ਬੇਟੇ ਨਾਲ ਇਨਸਾਫ ਕੀਤਾ ਜਾਵੇ, ਉਹਦੀ ਤਹਿ ਕਰ ਜੋ ਵੀ ਹੈ। ਕੀ ਵੀ ਜਿਹੜਾ ਗੁਰਪ੍ਰੀਤ ਗੋਪੀ ਵਗੈਰਾ ਜਿਹੜੇ ਉੱਥੇ ਪਕੜੇ ਗਏ ਨੇ ਹਰਿਆਣੇ ਵਿੱਚ, ਇਹਨਾਂ ਦੇ ਜਿਹੜੇ ਦੋ ਸ਼ਾਸੀ ਜਸ਼ਨਪ੍ਰੀਤ ਅਤੇ ਆਕਾਸ਼ ਦੀ ਵੀ, ਇਹ ਵੀ ਉਹਨਾਂ ਦੇ ਨਾਲ ਦੇ ਨੇ ਜਿਨ੍ਹਾਂ ਦੇ ਹਰਿੰਦਰ ਰਿੰਦੇ ਨਾਲ ਸੰਬੰਧ ਨੇ, ਅਤੇ ਇਹ ਜਿਹੜਾ ਉੱਥੋਂ ਜਿਹੜਾ ਸਮਾਨ ਹੈ ਇੱਕ ਸਕਾਰਪੀਓ ਗੱਡੀ 'ਚ ਲੈ ਕੇ ਜਿਹੜੇ ਜਾ ਰਹੇ ਨੇ, ਜੇ ਉਸਦੇ ਆਧਾਰ 'ਤੇ ਫਿਰ ਅਸੀਂ FIR ਦਰਜ ਕਰਕੇ ਇਹਨਾਂ ਨੂੰ ਇਹ ਅੱਜ ਅਸੀਂ ਗ੍ਰਿਫਤਾਰ ਕਰਦੇ ਹਾਂ। ਸਰ ਇਹ ਹਥਿਆਰ ਕਿਸ ਤਰ੍ਹਾਂ ਆਉਂਦੇ ਸੀਗੇ, ਜੇ ਦੱਸਿਆ ਜਾਂਦਾ ਜਿਹੜਾ ਆਕਾਸ਼ਦੀਪ ਹੈਗਾ ਉਸਦੇ ਨਾਨਕੇ ਜਿਹੜੇ ਹੈ ਕੋਈ ਬਾਰਡਰ ਦੇ ਨਾਲ ਕੋਈ ਜ਼ਮੀਨ ਪੈਂਦੀ ਹੈ ਉੱਥੇ ਜਿਹੜਾ ਇਹ ਡਰੋਨ ਰਾਹੀਂ ਆਉਂਦੇ ਸੀਗੇ, ਅਤੇ ਇਹਨਾਂ ਦਾ ਕੀ ਰੋਲ ਸੀ ਉਹਦੇ ਵਿੱਚ? ਜਿਹੜਾ ਇਹ ਆਕਾਸ਼ਦੀਪ ਸੀ, ਇਹਦੀ ਨਾਨਕੇ ਨੇ ਪਿੰਡ ਬੂਠਿਆਲੇ, ਉੱਥੇ ਇਹਨਾਂ ਦਾ ਖੇਤ ਵਿੱਚ ਘਰ ਹੈ, ਅਤੇ ਉੱਥੇ ਜਿਹੜਾ ਗੁਰਪ੍ਰੀਤ ਗੋਪੀ ਹੈ ਉਹ ਪਾਕਿਸਤਾਨ ਜਿਹੜਾ ਬੈਠਾ ਰਹਿੰਦਾ ਉਹਦੇ ਨਾਲ ਗੱਲਬਾਤ ਕਰਦਾ ਸੀ, ਅਤੇ ਉੱਥੇ ਡਰੋਨ ਦੇ ਰਾਹੀਂ ਉੱਥੇ ਜਿਹੜਾ ਇਹ ਜਿਹੜਾ ਇਹਨਾਂ ਨੂੰ ਸਪਲਾਈ ਵਗੈਰਾ ਜਿਹੜੀ ਐਕਸਪੋਰਟਸ ਵਗੈਰਾ ਦੀ ਅਤੇ ਜਿਹੜੀ ਹੁੰਦੀ ਸੀ ਉੱਥੋਂ ਫਿਰ ਅੱਗੇ ਆਪਣੇ ਵੱਖ ਵੱਖ ਰਾਜਾਂ 'ਚ ਵੀ ਸਪਲਾਈ ਕਰਦੇ ਸੀ। ਜੇ ਸਰ ਗੱਲ ਕਰੀਏ ਤਾਂ ਜਿਹੜੇ ਕੱਲ੍ਹ ਪਕੜੇ ਗਏ ਨੇ, ਕਿਤੇ ਨਾ ਕਿਤੇ ਫਿਰੋਜ਼ਪੁਰ ਪੁਲਿਸ ਵੀ ਉਹਨਾਂ ਦੇ ਮਗਰ ਲੱਗੀ ਹੋਈ ਸੀ, ਤਾਂ ਫਿਰੋਜ਼ਪੁਰ ਪੁਲਿਸ ਦੇ ਹੱਥ ਕਿਉਂ ਨਹੀਂ ਚੜ੍ਹੇ ਅਤੇ ਕਿਸ ਤਰ੍ਹਾਂ ਕਿਉਂ ਹੋਇਆ ਹੈ? ਉਹ ਫਿਰੋਜ਼ਪੁਰ ਪੁਲਿਸ ਦੀ ਵੀ ਇਨਫੋਰਮੇਸ਼ਨ ਸੀ ਸਾਡੀ ਇੰਟੈਲੀਜੈਂਸ ਦੀ, ਅਤੇ ਲੇਕਿਨ ਉਹਨਾਂ ਦੇ ਕੁਛ ਕਾਰਨਾਂ ਕਰਕੇ ਉਹ ਟਰੈਪ ਦੂਸਰੇ ਪਾਸੇ ਲੱਗਿਆ ਹੋਇਆ ਸੀ, ਉਹ ਦੂਸਰੀ ਜਗ੍ਹਾ ਚਲੇ ਗਏ, ਇਸ ਕਰਕੇ ਫਿਰ ਇਹਨਾਂ ਨੂੰ ਜਿਹੜਾ ਉਹ ਸ਼ੇਅਰ ਕਰਨੀ ਪਈ ਦੂਸਰੀ ਸਟੇਟ ਨਾਲ, ਇਹ ਉੱਥੇ ਪਕੜੇ ਗਏ। ਸਰ ਇਹ ਅਸਾਈਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਅਸਾਈਨਮੈਂਟ ਜਿਹੜੀ ਉੱਥੋਂ ਮੰਗਵਾ ਚੁੱਕੇ ਨੇ ਮੁੱਠਿਆਲਿਆਂ ਤੋਂ, ਅਤੇ ਕਿੰਨੀ ਕੁ ਜਿਹੜੀ ਇਹਦੇ 'ਚ ਕਵਰ ਕਰ ਲਿਆ ਇਹਨਾਂ ਨੇ? ਇਹ ਅਜੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ, ਅਤੇ ਪੁੱਛਗਿੱਛ ਤੋਂ ਰਿਮਾਂਡ ਹਾਸਲ ਕਰਾਂਗੇ, ਉਸ ਤੋਂ ਬਾਅਦ ਪਤਾ ਲੱਗੇਗਾ ਅਜੇ ਕੀ ਕੁਛ ਹੈ। ਅੱਜ ਜਿਹੜੀ ਅਰੈਸਟ ਪਾਈ ਇਹਨਾਂ ਕੋਲੋਂ ਕੁਛ ਮਿਲਿਆ, ਕੁਛ ਮੰਨੇ ਹੋਰ? ਅਜੇ ਤੱਕ ਇਹਨਾਂ ਕੋਲੋਂ ਬਰਾਮਦਗੀ ਨਹੀਂ ਹੋਈ, ਕੱਲੀ ਸਕਾਰਪੀਓ ਗੱਡੀ ਬਰਾਮਦ ਹੋਈ ਹੈ, ਅਤੇ ਪੁੱਛਗਿੱਛ ਜਾ ਰਹੀ ਹੈ, ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ।